ਪ੍ਰਕਾਸ਼ੋ ਪਰਬ ਦੇ ਮੌਕੇ ਤੇ ਇੱਕ ਦਿਨ ਦਾ ਜਿਹੜਾ ਵਿਸ਼ੇਸ਼ ਸੈਸ਼ਨ ਹੈ ਉਹ ਬੁਲਾਇਆ ਗਿਆ। ਹਾਲਾਂਕਿ ਉਸ ਨੂੰ ਲੈ ਕੇ ਪਹਿਲਾਂ ਹੀ ਰਾਜਨੀਤਿਕ ਬਿਆਨਬਾਜ਼ੀ ਲਗਾਤਾਰ ਜਾਰੀ ਹੈ। ਕਿਹਾ ਜਾ ਰਿਹਾ ਕਿ ਇਹਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਰਾਜਨੀਤਿਕ ਗੱਲ ਨਹੀਂ ਹੋਣੀ ਚਾਹੀਦੀ। ਸਾਡੇ ਨਾਲ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਨੇ। ਹਰਪਾਲ ਚੀਮਾ ਜੀ, ਕਿਸ ਤਰ੍ਹਾਂ ਦੀ ਤਿਆਰੀ ਰਹੂਗੀ ਪਹਿਲਾਂ ਤਾਂ ਸੈਸ਼ਨ ਨੂੰ ਲੈ ਕੇ, ਕਿਉਂਕਿ ਬੇਸ਼ੱਕ ਜੇ ਕਹੀਏ ਕਿ ਇੱਕ ਦਿਨ ਦਾ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਸਮਰਪਿਤ ਕੀਤਾ ਗਿਆ, ਪਰ ਰਾਜਨੀਤਿਕ ਗੱਲਾਂ ਵੀ ਨਾਲ ਸ਼ੁਰੂ ਹੋ ਚੁੱਕੀਆਂ। ਦੇਖੋ, ਕੱਲ੍ਹ ਜਿਹੜਾ ਸੈਸ਼ਨ ਜਿਹੜਾ ਵਿਧਾਨ ਸਭਾ ਦਾ ਆ ਰਿਹਾ ਉਹ ਰਾਜਨੀਤਿਕ ਤੌਰ 'ਤੇ ਮੈਂ ਸਮਝਦਾ ਉਹਦੀ ਕੋਈ ਅਹਿਮੀਅਤ ਨਹੀਂ ਹੈਗੀ, ਪਰ ਲੇਕਿਨ ਸਭ ਤੋਂ ਵੱਡੀ ਜਿਹੜੀ ਅਹਿਮੀਅਤ ਹੈ ਕਿ ਗੁਰੂ ਨਾਨਕ ਦੇਵ ਜੀ ਨੂੰ ਸਮਰਪਿਤ ਆ ਉਹ, ਪਰ ਲੇਕਿਨ ਸਮਾਂ 2 ਘੰਟਿਆਂ ਦਾ ਹੈਗਾ। 2 ਘੰਟਿਆਂ 'ਤੇ ਚਰਚਾ ਹੋਣੀ ਆ, 2 ਘੰਟੇ ਗੁਰੂ ਨਾਨਕ ਦੇਵ ਦੇ ਫਲਸਫੇ ਅਤੇ ਉਹਨਾਂ ਦੀ ਸਿੱਖਿਆਵਾਂ 'ਤੇ ਚਰਚਾ ਹੋਣੀ ਆ। ਸੈਸ਼ਨ ਬਹੁਤ ਛੋਟਾ ਹੈਗਾ, ਕੱਲ੍ਹ ਹੀ ਮੈਂ ਸਪੀਕਰ ਸਾਹਿਬ ਨੂੰ ਮਿਲ ਕੇ ਆਇਆ, ਮੈਂ ਸਪੀਕਰ ਸਾਹਿਬ ਨੂੰ ਬੇਨਤੀ ਕੀਤੀ ਆ ਵੀ ਸੈਸ਼ਨ ਜਿਹੜਾ ਹੈਗਾ ਲਗਭਗ 3 ਦਿਨ ਦਾ ਹੋਣਾ ਚਾਹੀਦਾ ਔਰ ਲਾਈਵ ਹੋਣਾ ਚਾਹੀਦਾ। ਸਾਰੇ ਟੀ ਵੀ ਚੈਨਲ ਨੂੰ ਜਿਹੜੀ ਆਗਿਆ ਹੋਣੀ ਚਾਹੀਦੀ ਤਾਂ ਕਿ ਪੰਜਾਬ ਦੇ ਲੋਕਾਂ ਨੂੰ ਪਤਾ ਲੱਗ ਸਕੇ ਕਿ ਸਾਡੇ ਚੁਣੇ ਹੋਏ ਨੁਮਾਇੰਦੇ ਜਾ ਕੇ ਉੱਥੇ ਕੀ ਕੀ ਗੱਲਾਂ ਕਰਦੇ ਨੇ, ਕੀ ਨਹੀਂ ਕਰਦੇ। ਸੋ ਮੈਂ ਸਮਝਦਾ ਵੀ ਘੱਟੋ ਘੱਟ ਸੈਸ਼ਨ 3 ਦਿਨ ਦਾ ਹੋਣਾ ਚਾਹੀਦਾ, 2 ਘੰਟਿਆਂ ਦਾ ਸੈਸ਼ਨ ਬਹੁਤ ਛੋਟਾ ਸੈਸ਼ਨ ਆ। ਸੀਟਿੰਗਾਂ 2 ਰੱਖੀਆਂ ਗਈਆਂ ਨੇ, ਪਹਿਲੇ ਸੀਟਿੰਗ 'ਚ ਤਾਂ ਇਹੀ ਕਿਹਾ ਜਾ ਰਿਹਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਫਲਸਫੀ 'ਤੇ ਚਰਚਾ ਹੋਊਗੀ, ਹਾਲਾਂਕਿ ਜਿਸਮੇ ਤੁਸੀਂ ਕਿਹਾ ਵੀ ਟਾਈਮ ਬਹੁਤ ਘੱਟ ਹੈ। ਉਸ ਤੋਂ ਬਾਅਦ ਜਿਹੜੀ ਨੈਕਸਟ ਸੀਟਿੰਗ ਹੈ ਉਹਦੇ ਵਿੱਚ ਚਰਚਾਵਾਂ ਇਹ ਨੇ ਕਿ ਬਿੱਲ ਲਿਆ ਸਕਦੀ ਹੈ ਸਰਕਾਰ, ਖਾਸ ਕਰ ਉਹ ਬਿੱਲ ਜਿਹੜੇ ਕਿ ਕਿਤੇ ਨਾ ਕਿਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਤੋਂ ਹੀ ਪਰੇ ਹਟਦਾ ਨਜ਼ਰ ਆਉਂਦਾ, ਯਾਨੀ ਕਿ ਆਫਿਸ ਆਫ ਪ੍ਰੋਫਿਟ ਦਾ। ਦੇਖੋ, ਕੱਲ੍ਹ ਜਦੋਂ ਆਫਟਰ ਲੰਚ ਜਿਹੜਾ ਸੈਸ਼ਨ ਸ਼ੁਰੂ ਹੋਣਾ ਉਹਦੇ 'ਚ ਉਮੀਦ ਆ ਕਿ ਇਹ ਆਫਿਸ ਆਫ ਪ੍ਰੋਫਿਟ ਦਾ ਬਿੱਲ ਲੈ ਕੇ ਆਉਣਗੇ, 6 ਵਿਧਾਇਕਾਂ ਨੂੰ 'ਚੋਂ ਬਾਹਰ ਕੱਢਣ ਦੀ ਗੱਲ ਕਰਨਗੇ। ਇਹ ਬਹੁਤ ਮਾੜੀ ਗੱਲ ਆ। ਇੱਕ ਪਾਸੇ ਦਾ ਪੰਜਾਬ ਦਾ ਖਜ਼ਾਨਾ ਮੰਤਰੀ, ਪੰਜਾਬ ਦਾ CM ਵਾਰ ਵਾਰ ਕਹਿ ਰਿਹਾ ਕਿ ਪੰਜਾਬ ਦਾ ਖਜ਼ਾਨਾ ਖਾਲੀ ਆ, ਪੰਜਾਬ ਕੋਲ ਕੋਈ ਪੈਸਾ ਨਹੀਂ, ਪੰਜਾਬ ਕੋਲ ਜਿਹੜੇ ਅਸੀਂ ਮੁਲਾਜ਼ਮ ਨਹੀਂ ਨਵੇਂ ਰੱਖ ਸਕਦੇ, ਪੰਜਾਬ ਦੇ ਅਸੀਂ ਟੀਚਰ ਭਰਤੀ ਨਹੀਂ ਕਰ ਸਕਦੇ, ਅਸੀਂ ਕਿਸੇ ਮੁਲਾਜ਼ਮ ਨੂੰ ਜਿਹੜੀ ਹੈਗੀ ਆ ਕੋਈ ਪੇ ਨਹੀਂ ਦੇ ਸਕਦੇ। ਸੋ ਦੂਜੇ ਪਾਸੇ ਜਿਹੜੇ 6 ਵਿਧਾਇਕ ਨੇ ਜਿਹੜੇ ਆਲਰੇਡੀ ਮੈਂ ਸਮਝਦਾ ਕਿ ਬਤੌਰ MLA ਦੀ ਤਨਖਾਹ ਵੀ ਲੈ ਰਹੇ ਨੇ, ਬਤੌਰ MLA ਜਿਹੜੀ ਸਹੂਲਤਾਂ ਵੀ ਲੈ ਰਹੇ ਨੇ, ਉਹਨਾਂ ਨੂੰ ਐਡਵਾਈਜ਼ਰ ਲਾ ਲਿਆ। ਪੰਜਾਬ ਦਾ ਸਾਰੇ ਪੰਜਾਬ ਨੂੰ ਪਤਾ, ਬੱਚੇ ਬੱਚੇ ਨੂੰ ਪਤਾ ਕਿ ਪੰਜਾਬ ਦਾ ਮੁੱਖ ਮੰਤਰੀ ਕੋਈ ਕੰਮ ਨਹੀਂ ਕਰ ਰਿਹਾ, ਪੰਜਾਬ ਦੇ ਲੋਕਾਂ ਲਈ ਕੰਮ ਨਹੀਂ ਕਰ ਰਿਹਾ, ਕਿ ਵਿਹਲੇ ਮੁੱਖ ਮੰਤਰੀ ਐਡਵਾਈਜ਼ਰਾਂ ਦੀ ਕੀ ਲੋੜ ਆ, ਸਲਾਹਕਾਰਾਂ ਦੀ ਕੀ ਲੋੜ ਆ। ਸੋ ਅਸੀਂ ਆਮ ਆਦਮੀ ਪਾਰਟੀ ਦਾ ਡਟ ਕੇ ਵਿਰੋਧ ਕਰੂਗੀ, ਵਿਧਾਨ ਸਭਾ ਦੇ ਅੰਦਰ ਵੀ ਕਰਾਂਗੇ ਅਤੇ ਬਾਹਰ ਵੀ ਕਰਾਂਗੇ। ਜੇ ਦੇਖਿਆ ਜਾਵੇ ਤਾਂ ਇੱਕ ਦਿਨ ਪੂਰਾ ਕਿਹਾ ਗਿਆ ਸੀ ਪਹਿਲਾਂ ਕਿ ਇੱਕ ਦਿਨ ਦਾ ਸੈਸ਼ਨ, ਯਾਨੀ ਕਿ ਇੱਕ ਦਿਨ ਪੂਰਾ, ਤੁਸੀਂ ਜਿਵੇਂ 3 ਦਿਨ ਦੀ ਡਿਮਾਂਡ ਹੈ ਜਿਹੜੀ ਹੈ ਕਿ ਸਪੀਕਰ ਸਾਹਿਬ ਨੂੰ ਕਰਕੇ ਆਏ ਹੋ, ਇਹ ਨਹੀਂ ਹੋ ਸਕਦਾ ਕਿ ਇਹ ਜਿਹੜੇ ਬਿੱਲ ਨੇ ਇਹੀ ਨਾ ਲਿਆਉਂਦੇ ਜਾਣ ਹਜੇ। ਚਲੋ ਬਾਅਦ 'ਚ ਬੇਸ਼ੱਕ ਚਰਚਾ ਦਾ ਵਿਸ਼ੇ ਹੋ ਜਾਏ ਕਿ ਅਕਾਲੀ ਦਲ ਤਾਂ ਇਸ ਚੀਜ਼ ਦਾ ਵਿਰੋਧ ਕਰ ਚੁੱਕਿਆ ਹੈਗਾ ਪਹਿਲਾਂ ਵੀ, ਕੱਲ੍ਹ ਦੇ ਦਿਨ ਕੋਈ ਪੋਲੀਟੀਕਲ ਗੱਲ ਹੀ ਨਾ ਕਰੋ। ਦੇਖੋ, ਮੈਂ ਸਮਝਦਾ ਕਾਂਗਰਸ ਪਾਰਟੀ ਸਮੱਸਿਆਵਾਂ ਤੋਂ ਭੱਜ ਰਹੀ ਆ, ਕਾਂਗਰਸ ਪਾਰਟੀ ਪੰਜਾਬ ਦੇ ਮੁੱਦਿਆਂ ਤੋਂ ਭੱਜ ਰਹੀ ਹੈ। ਕਾਂਗਰਸ ਪਾਰਟੀ ਨਹੀਂ ਚਾਹੁੰਦੀ ਕਿ ਪੰਜਾਬ ਦਾ ਕੋਈ ਮੁੱਦਾ ਹੱਲ ਹੋਵੇ, ਕਾਂਗਰਸਾਂ ਚਾਹੇ ਅਕਾਲੀ ਦਲ ਆ, ਦੋਨੋਂ ਰਲ ਕੇ ਗੁਰੂ ਨਾਨਕ ਨਾਮ ਦੇਵ ਜੀ ਦੇ ਨਾਂ 'ਤੇ ਜਿਹੜੀ ਹੈਗੀ ਲਗਾਤਾਰ ਰਾਜਨੀਤੀ ਕਰ ਰਹੇ ਨੇ, ਸਟੇਜਾਂ ਦੀ ਰਾਜਨੀਤੀ ਕਰ ਰਹੇ ਨੇ ਔਰ ਵਿਧਾਨ ਸਭਾ 'ਚ ਵੀ ਰਾਜਨੀਤੀ ਹੋ ਰਹੀ ਆ। ਸੋ ਨਹੀਂ ਹੋਣੀ ਚਾਹੀਦੀ। ਜਿਹੜਾ ਵਿਧਾਨ ਸਭਾ ਦਾ ਸੈਸ਼ਨ ਆ ਉਹ 3 ਦਿਨ ਦਾ ਹੋਣਾ ਚਾਹੀਦਾ, ਉੱਥੇ ਗੁਰੂ ਨਾਨਕ ਦੇਵ ਦੇ ਫਲਸਫੇ ਅਤੇ ਗੁਰੂ ਨਾਨਕ ਦੇਵ ਦੇ ਸਿੱਖਿਆਵਾਂ 'ਤੇ ਸਭ ਨੂੰ ਜਿਹੜੀ ਆ ਬੈਠ ਕੇ ਵਿਚਾਰ ਕਰਨੀ ਚਾਹੀਦੀ ਆ ਔਰ ਸਾਰੀਆਂ ਰਾਜਨੀਤਿਕ ਪਾਰਟੀਆਂ ਨੇ ਆਪਣੀ ਗੱਲ ਰੱਖਣ ਦਾ ਮੌਕਾ ਮਿਲਣਾ ਚਾਹੀਦਾ। ਕੈਪਟਨ ਅਮਰਿੰਦਰ ਸਿੰਘ ਨੇ ਕਰਤਾਰਪੁਰ ਕੋਰੀਡੋਰ ਨੂੰ ਲੈ ਕੇ ਹਾਲਾਂਕਿ ਪਹਿਲਾਂ ਵੀ ਉਹਨਾਂ ਨੇ ਕਈ ਵਾਰੀ ਬਿਆਨ ਨੇ ਜਿਹੜੇ ਪਾਕਿਸਤਾਨ ਦੇ ਖਿਲਾਫ ਦਿੱਤੇ ਨੇ, ਪਰ ਜਿਹੜੀ ਕੱਲ੍ਹ ਉਹਨਾਂ ਨੇ ਜ਼ਿਕਰ ਕਰਿਆ ਕਿ ਹਾਲਾਂਕਿ ਉਹਨਾਂ ਨੇ ਧੰਨਵਾਦ ਕਰਿਆ ਕਿ ਇਹ ਰਸਤਾ ਖੁੱਲ੍ਹ ਰਿਹਾ ਹੈਗਾ, ਪਰ ਨਾਲ ਨਾਲ ਇਹ ਵੀ ਉਹਨਾਂ ਨੇ ਸ਼ੱਕ ਜ਼ਾਹਿਰ ਕਰਿਆ ਕਿ ਕਿਸੇ ਵੀ ਤਰ੍ਹਾਂ ਦੇ ਜਿਹੜੀ ਉਹਨਾਂ ਦੇ ਮਨਸੂਬੇ ਨੇ ਉਹਨਾਂ ਦੇ ਨੂੰ ਹੈ ਜਿਹੜਾ ਕਿ ਪਰੇ ਨਹੀਂ ਕੀਤਾ ਜਾ ਸਕਦਾ। ਦੇਖੋ, ਲਗਭਗ 70-72 ਸਾਲਾਂ ਦੇ ਬਾਅਦ ਜਿਹੜੀ ਆ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤ ਦੀ ਅਰਦਾਸ ਪੂਰੀ ਹੋ ਰਹੀ ਆ, ਸੋ ਇਹਦੇ ਵਿੱਚ ਕੋਈ ਅੜਚਣ ਨਹੀਂ ਆਉਣੀ ਚਾਹੀਦੀ। ਕਰਤਾਰਪੁਰ ਕੋਰੀਡੋਰ ਜਿਹੜਾ ਸ਼ਾਂਤੀਪੂਰਵਕ ਖੁੱਲ੍ਹਣਾ ਚਾਹੀਦਾ, ਸੋ ਸਾਰੀਆਂ ਧਿਰਾਂ ਦੀ ਪੂਰੇ ਸਮੁੱਚੇ ਮਾਨਵਤਾ ਦੀ ਇਹ ਜਿਹੜੀ ਗੱਲ ਆ, ਪਰ ਲੇਕਿਨ ਇਹ ਵੀ ਗੱਲ ਕੋਈ ਲੁਕੀ ਨਹੀਂ ਹੈਗੀ ਲੋਕਾਂ ਤੋਂ, ਪੰਜਾਬ ਦਿਆਂ ਤੋਂ, ਹਿੰਦੁਸਤਾਨ ਦਿਆਂ ਤੋਂ, ਕਿ ਪਾਕਿਸਤਾਨ ਦੇ ਜਿਹੜੇ ਇਰਾਦੇ ਨੇ ਨਾਪਾਕ ਨੇਗੇ। ਪਾਕਿਸਤਾਨ ਹਮੇਸ਼ਾ ਮੌਕਿਆਂ ਦੀ ਤਲਾਸ਼ 'ਚ ਰਹਿੰਦਾ ਔਰ ਪਾਕਿਸਤਾਨ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜਿਹੜਾ ਹੈਗਾ ਅੱਤਵਾਦੀ ਜਿਹੜੀ ਉੱਥੇ ਬਣਾਏ ਜਾਂਦੇ ਨੇ, ਅੱਤਵਾਦੀ ਫੈਕਟਰੀਆਂ ਨੇ, ਕਿਉਂਕਿ ਉੱਥੇ ਬਹੁਤ ਸਾਰਾ ਜਿਹੜਾ ਬਹੁਤ ਸਾਰਾ ਕੰਟਰੋਲ ਆ ਸਰਕਾਰ ਦਾ, ਉਹ ਮੈਂ ਸਮਝਦਾ ਹੈਗਾ ਕਿ ਜਿਹੜੀ ਉੱਥੇ ਦੀ ਫੌਜ ਆ ਉਹਦੇ ਕੋਲ ਹੁੰਦਾ ਹੈਗਾ। ਸੋ ਇਹ ਗੱਲ ਨੂੰ ਬਿਲਕੁਲ ਜਿਹੜੀ ਆ ਹਿੰਦੁਸਤਾਨ ਦੀਆਂ ਏਜੰਸੀਆਂ ਦੇਖ ਰਹੀਆਂ ਨੇ, ਹਿੰਦੁਸਤਾਨ ਦੀ ਸਰਕਾਰ ਜਿਹੜੀ ਹੈਗੀ ਆ ਉਹ ਸਕਸ਼ਮ ਆ, ਹਿੰਦੁਸਤਾਨ ਦੀ ਜਿਹੜੀ ਮਿਲਟਰੀ ਆ ਉਹ ਤਾਕਤਵਰ ਆ। ਜੇਕਰ ਕੋਈ ਅਜਿਹਾ ਮੌਕਾ ਆਇਆ ਤਾਂ ਹਿੰਦੁਸਤਾਨ ਦੀ ਸਰਕਾਰ ਉਹਦਾ ਮੂੰਹ ਤੋੜ ਜਵਾਬ ਦੇਊਗੀ, ਪਰ ਲੇਕਿਨ ਅਜਿਹੇ ਮੌਕੇ ਇਸ ਤਰ੍ਹਾਂ ਦੇ ਬਿਆਨ ਨਹੀਂ ਦੇਣੇ ਚਾਹੀਦੇ। ਕਿਹਾ ਜਾ ਸਕਦਾ ਕਿ ਜਿਸ ਤਰ੍ਹਾਂ ਦੇ ਨਾਲ ਪ੍ਰਕਾਸ਼ੋ ਪ੍ਰਭ ਨੂੰ ਲੈ ਕੇ ਜਿਹੜਾ ਕਿ ਇੱਕ ਦਿਨ ਦਾ ਸੈਸ਼ਨ ਤਾਂ ਜ਼ਰੂਰ ਰੱਖਿਆ ਗਿਆ ਹੈਗਾ, ਪਰ ਰਾਜਨੀਤਿਕ ਜਿਹੜੀ ਬਿਆਨਬਾਜ਼ੀਆਂ ਨੇ ਉਹ ਵੀ ਲਗਾਤਾਰ ਜਾਰੀ ਨੇ। ਕਿਹਾ ਜਾ ਸਕਦਾ ਕਿ ਜਿੱਥੇ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੋਨਾਂ ਵੱਲੋਂ ਇਹ ਵਿਰੋਧ ਕੀਤਾ ਗਿਆ ਕਿ ਇਸ ਦਿਨ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਪੋਲੀਟੀਕਲ ਗੱਲਬਾਤ ਨਾ ਹੋਵੇ, ਪਰ ਸਰਕਾਰ ਜਿਸ ਤਰ੍ਹਾਂ ਦੇ ਨਾਲ ਦੂਸਰੀ ਸੀਟਿੰਗ ਦੇ ਵਿੱਚ ਬਿੱਲ ਲਿਆਉਣ ਦੀ ਵੀ ਤਿਆਰੀ ਦੇ ਹੈ, ਨਾਲੋਂ ਨਾਲ ਇਹ ਵੀ ਕਿਹਾ ਜਾ ਸਕਦਾ ਕਿ ਹਰ ਵਾਰ ਦੇ ਸੈਸ਼ਨ ਦੀ ਤਰ੍ਹਾਂ ਹੰਗਾਮੇ ਦੇ ਗੁਬਗਾਹਟ ਹੈ ਜਿਹੜੀ ਉਹ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਹੈ। ਵੀਡੀਓ ਜਰਨਲਿਸਟ ਸੰਦੀਪ ਦੇ ਨਾਲ ਸੁਮੀ